ਚੈਨਲ ਵਾਈ A South Asian Canadian channel. ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਰੂਪਨਗਰ ਸ਼ਹਿਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾ ਰੋਡ ਸ਼ੋਅ ਸਥਾਨਕ ਸ਼ਹੀਦ ਭਗਤ ਚੌਂਕ ਤੋਂ ਸ਼ੁਰੂ ਕੀਤਾ। ਕਿਸੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਲੇਟ ਪਹੁੰਚੇ ਅਤੇ ਲੋਕ 3.5 ਘੰਟੇ ਉਡੀਕਦੇ ਰਹੇ। ਲੋਕਾਂ ਨੇ ਮੁੱਖ ਮੰਤਰੀ ਦਾ ਇੰਨਾ ਉਤਸ਼ਾਹ ਨਾਲ ਸਵਾਗਤ ਕੀਤਾ ਕਿ ਇੱਕ ਵਾਰ ਵੀ ਫੁੱਲਾਂ ਦੀ ਵਰਖਾ ਇੰਨੀ ਕੀਤੀ ਕਿ 3-4 ਵਾਰ ਮੁੱਖ ਮੰਤਰੀ ਨੂੰ ਅੱਖਾਂ ਸਾਹਮਣੇ ਹੱਥ ਜੋੜ ਕੇ ਆਪਣੇ ਆਪ ਨੂੰ ਬਚਾਉਣਾ ਪਿਆ। ਸੀਐਮ ਭਗਵੰਤ ਮਾਨ ਨੇ ਰੋਡ ਸ਼ੋਅ ਦੌਰਾਨ ਨਗਰ ਕੌਂਸਲ ਵਿਖੇ ਪ੍ਰਦਰਸ਼ਨ ਦੀ ਸਮਾਪਤੀ ਤੋਂ ਪਹਿਲਾਂ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਪੰਥ ਦੀ ਸਥਾਪਨਾ ਕੀਤੀ ਹੈ। ਗੁਰੂ ਸਾਹਿਬ ਨੇ ਆਪਣੇ ਪਿਤਾ ਨੂੰ ਦਿੱਲੀ ਭੇਜ ਦਿੱਤਾ ਜਦੋਂ ਕਸ਼ਮੀਰੀ ਪੰਡਿਤਾਂ ਨੂੰ ਖਤਰਾ ਸੀ। ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸ਼ੀਸ਼ ਹਿੰਦਰੀ ਚਾਦਰ ਦੇ ਰੂਪ ਦੇ ਵਿੱਚ ਵੇਚ ਦਿੱਤਾ ਸੀ, ਪਰ ਅੱਜ ਦੇ ਤਾਨਾ ਸ਼ਾਹ ਸਾਨੂੰ ਜਾਤ ਦੇ ਆਧਾਰ ਤੇ ਵੰਡ ਕੇ ਵੱਖ ਕਰਨਾ ਚਾਹੁੰਦੇ ਨੇ, ਪਰ ਉਹ ਇਹ ਨਹੀਂ ਜਾਣਦੇ ਕਿ ਸਹੀ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ। ਉਹ ਸਾਨੂੰ ਵੱਖ ਕਰਨ ਲਈ ਵਿਉਂਤਾ ਬਣਾਉਂਦੇ ਨੇ। ਉਹ ਨਹੀਂ ਜਾਣਦੇ ਕਿ ਅਸੀਂ ਈਦ, ਸੰਗਰਾਂਦ, ਰਾਮਨੌਮੀ, ਗੁਰੂ ਪੁਰਬ, ਹਨੂੰਮਾਨ ਜੈਯੰਤੀ ਇਕੱਠੇ ਮਨਾਉਂਦੇ ਹਾਂ। ਉਹਨਾਂ ਕਿਹਾ ਕਿ ਜਿਵੇਂ ਅਸੀਂ ਚੰਮ ਰਾਜਨੀਤੀ ਕਰਦੇ ਹਾਂ, ਉਹਨਾਂ ਕਿਹਾ ਕਿ ਹੁਣ ਉਦਯੋਗ ਲਈ ਬਿਜਲੀ ਵੀ ਸਸਤੀ ਕੀਤੀ ਜਾਵੇਗੀ। ਲੜਾਈਆਂ ਸਾਨੂੰ ਅੱਜ ਵੀ ਲੜਨੀਆਂ ਪੈਣਗੀਆਂ ਕਿਉਂਕਿ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ। ਜਦੋਂ ਆਪਣੇ ਪਿਤਾ ਜੀ ਨੂੰ ਦਿੱਲੀ ਭੇਜਿਆ ਕਿ ਤੁਹਾਡੇ ਤੋਂ ਵੱਡੀ ਸ਼ਖਸੀਅਤ ਹੋਰ ਕੌਣ ਹੋ ਸਕਦੀ ਹੈ, ਤਾਂ ਧਰਮ ਖਤਰੇ ਸੀ। ਜਦੋਂ ਕਸ਼ਮੀਰੀ ਪੰਡਿਤ ਆਏ ਸੀ ਹਿੰਦੀ ਚਾਦਰ ਬਣ ਕੇ, ਉਹਨਾਂ ਨੇ ਸੀਸ ਦੇ ਕੇ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ। ਅਸੀਂ ਉਹ ਲੋਕ ਹਾਂ ਜਿਹੜੇ ਸਰਬੱਤ ਦਾ ਭਲਾ ਮੰਗਦੇ ਹਾਂ। ਇਹ ਸਾਨੂੰ ਅੱਜ ਦੇ ਤਾਨਾ ਸ਼ਾਹ ਇਹ ਵੰਡਣ ਨੂੰ ਫਿਰਦੇ ਆ, ਇਹ ਸਾਨੂੰ ਜਾਤਾਂ ਪਾਤਾਂ ਚ ਵੰਡਣ ਨੂੰ ਫਿਰਦੇ ਆ, ਇਹ ਸਾਨੂੰ ਅਲੱਗ ਅਲੱਗ ਕਰਨ ਨੂੰ ਫਿਰਦੇ ਆ। ਇਹਨਾਂ ਨੂੰ ਇਹ ਪਤਾ ਨਹੀਂ ਕਿ ਅਸੀਂ ਆਪਣੀਆਂ ਈਦਾਂ, ਸੰਗਰਾਂਦਾਂ, ਰਾਮਨੌਮੀਆਂ, ਗੁਰਪੁਰਬ, ਹਨੂੰਮਾਨ ਜੈਯੰਤੀਆਂ ਅਸੀਂ ਇਕੱਠੇ ਮਨਾਉਂਦੇ ਹਾਂ। ਸਾਡੇ ਚ ਪਾੜ ਪਾਉਣ ਦੀ ਕੋਸ਼ਿਸ਼ ਨਾ ਕਰਿਓ। ਇਹ ਨਫ਼ਰਤ ਦੀ ਰਾਜਨੀਤੀ ਕਰਦੇ ਆ, ਇਹ ਭਾਈ ਨੂੰ ਭਾਈ ਨਾਲ ਲੜਾਉਂਦੇ ਆ, ਇਹ ਧਰਮ ਵਾਲੇ ਦੂਜੇ ਧਰਮ ਨਾਲ ਲੜਾਉਂਦੇ ਆ। ਅਸੀਂ ਕੰਮ ਦੀ ਰਾਜਨੀਤੀ ਕਰਦੇ ਆ, ਚੰਮ ਦੀ ਰਾਜਨੀਤੀ ਨਹੀਂ ਕਰਦੇ, ਕੰਮ ਦੀ ਰਾਜਨੀਤੀ ਕਰਦੇ ਆ। 2 ਸਾਲ ਹੋਏ ਨੇ ਸਰਕਾਰ ਬਣੀ ਨੂੰ ਤੁਹਾਡੀ ਆਪਣੀ, ਸਕੂਲ ਆਫ ਐਮੀਨੈਂਸ ਖੁੱਲ ਗਏ, ਆਮ ਆਦਮੀ ਕਲੀਨਿਕ 829 ਖੁੱਲ ਗਏ, 1.5 ਕਰੋੜ ਬੰਦਾ ਉੱਥੇ ਆ ਕੇ ਦਵਾਈ ਲੈ ਗਿਆ, ਸਾਰੇ ਟੈਸਟ ਫਰੀ ਨੇ, ਸਾਰੀਆਂ ਦਵਾਈਆਂ ਫਰੀ ਨੇ। 43,000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ, ਗੁਰੂ ਕੀ ਧਰਤੀ ਹੈ, ਮੈਂ ਝੂਠ ਨਹੀਂ ਬੋਲਦਾ। 1 ਰੁਪਈਆ ਵੀ ਕਿਸੇ ਦਾ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿ ਨੌਕਰੀ ਲੈਣ ਵੇਲੇ ਕਿਸੇ ਦਾ 1 ਰੁਪਈਆ ਲੱਗਿਆ ਹੋਵੇ। 90% ਘਰਾਂ ਨੂੰ ਬਿਜਲੀ ਦਾ ਬਿੱਲ 0 ਆਉਂਦਾ ਹੈ। ਥਰਮਲ ਪਲਾਂਟ ਆਪਾਂ ਨੇ ਖਰੀਦ ਲਿਆ, ਹੁਣ ਇੰਡਸਟਰੀ ਦੀ ਬਿਜਲੀ ਵੀ ਸਸਤੀ ਕਰਾਂਗੇ। ਇਸ ਤੋਂ ਪਹਿਲਾਂ ਸਿਰਫ 21% ਨਹਿਰੀ ਪਾਣੀ ਵਰਤਿਆ ਜਾਂਦਾ ਸੀ ਜਦੋਂ ਤੱਕ ਆਪਣੀ ਸਰਕਾਰ ਨਹੀਂ ਬਣੀ ਸੀ। 21% ਨਹਿਰੀ ਪਾਣੀ ਖੇਤਾਂ 'ਚ ਜਾਂਦਾ ਸੀ, ਅੱਜ 69% ਹੋ ਗਿਆ। ਅਗਲੇ ਅਕਤੂਬਰ 'ਚ, ਐਸੇ ਆਉਣ ਵਾਲੇ ਅਕਤੂਬਰ 'ਚ 70% ਹੋ ਜਾਊਗਾ। ਸੁਣ ਲਿਓ ਮੇਰਾ ਹਿਸਾਬ ਕਿਤਾਬ, 70% ਹੋ ਜਾਊਗਾ। ਪੁਰਾਣੀਆਂ ਕੱਸੀਆਂ, ਖਾਲੇ, ਰਜਵਾਹੇ, ਸੂਏ ਚਲਾ ਲਏ, ਅੰਡਰਗਰਾਊਂਡ ਪੈਪਾਂ ਪਾ ਲਈਆਂ, ਜਦੋਂ 70% ਹੋ ਗਿਆ, 14.5 ਲੱਖ ਟਿਊਬਵੈੱਲ ਹੈ, ਉਹ 5.5 ਤੋਂ 6 ਲੱਖ ਟਿਊਬਵੈੱਲ
ਬੰਦ ਹੋ ਜਾਊਗਾ ਕਿਉਂਕਿ ਉਸ ਖੇਤ ਦੇ ਵਿੱਚ ਨਹਿਰ ਦਾ ਪਾਣੀ ਪਹੁੰਚ ਜਾਊਗਾ। ਜਦੋਂ 5.5 to 6 lakh ਰੁਪਏ ਜਿਹੜਾ ਟਿਊਬਵੈੱਲ ਬੰਦ ਹੋ ਗਿਆ, ਉਹਦੇ ਨਾਲ ਬਿਜਲੀ ਦੀ ਜਿਹੜੀ ਸਬਸਿਡੀ ਦਿੰਦੇ ਹਾਂ, ਜਿਹੜੀ ਮੁਫ਼ਤ ਬਿਜਲੀ ਦਿੰਦੇ ਹਾਂ ਆਪਾਂ ਹੁਣ ਝੋਨੇ ਵੇਲੇ ਦੇਵਾਂਗੇ, ਉਹਦੇ 'ਚੋਂ 6 to 7 crore rupees ਬਚੂਗਾ। Channel Y, Channel Y, a South Asian Canadian channel.